ਤੇ ਲਓ ਜੀ ਅੱਜ ਆਪਾਂ ਦਿਖਾਉਣਾ ਤੁਹਾਨੂੰ ਆਪਣੀ ਮੋਟਰ ਦਾ ਮਾਹੌਲ ਆਹ ਦੇਖੋ ਜੀ ਆਪਣਾ ਬੈਕ ਸਾਈਡ ਤੇ ਹੈਗਾ ਪਾਰਕ ਇੱਥੇ ਆ ਕੇ ਸਵੇਰ ਦੂਜੀ ਚਾਹ ਪੀਨੇ ਆ ਚਾਹ ਪੀਣ ਦਾ ਜਿਹੜਾ ਸਵਾਦ ਹੀ ਵੱਖਰਾ ਹੁੰਦਾ ਨਾ ਖੇਤ ਦਾ ਵੈਸੇ ਹੀ ਆਪਾਂ ਕਹੀਏ ਵੀ ਚਾਹ ਬਹੁਤ ਸਵਾਦ ਲੱਗਦੀ ਆ ਹਾਂਜੀ ਗੁੱਡ ਮਾਰਨਿੰਗ ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਆ ਬਾਈ ਹੋਰ ਸੁਣਾਓ ਕੈਮ ਆ ਸੇ ਤਾਂ ਤੇ ਲਓ ਜੀ ਅੱਜ ਆਪਾਂ ਦਿਖਾਉਣਾ ਤੁਹਾਨੂੰ ਆਪਣੀ ਮੋਟਰ ਦਾ ਮਾਹੌਲ ਸਵੇਰ ਸਵੇਰ ਦਾ ਇੱਕ ਵਾਰੀ ਚਾਹ ਪੀ ਕੇ ਆਈ ਦੀ ਆ ਸਵੇਰ ਤੇ ਦੂਜੀ ਚਾਹ ਆਪਾਂ ਇੱਥੇ ਆ ਕੇ ਪੀਂਦੇ ਆ तकरीबन 2-3 ਸਾਲਾਂ ਤੋਂ ਜਿਹੜਾ ਆਪਣਾ ਪ੍ਰੋਸੈਸ ਇਸੇ ਤਰ੍ਹਾਂ ਹੀ ਚੱਲਦਾ ਆ ਰਿਹਾ ਜਿੰਨੇ ਵੀ ਆਪਣੇ ਭਰਾਵਾਂ ਨੇ ਆਉਣਾ ਹੁੰਦਾ ਨਾਲੇ ਬੈਠ ਕੇ ਇੱਥੇ ਗੱਲਾਂ ਬਾਤਾਂ ਕਰਦੇ ਆ ਤੇ ਨਾਲੇ ਜਿਹੜੀ ਦੂਜੀ ਚਾਹ ਇੱਥੇ ਆ ਕੇ ਪੀਣ ਦਾ ਸਵਾਦ ਆਉਂਦਾ ਉਹ ਨਾ ਤਾਂ ਕਿਸੇ ਚੰਗੇ ਹੋਟਲ ਚ ਆਉਂਦਾ ਨਾ ਆਪਾਂ ਕਹਿ ਲਈਏ ਵੀ ਘਰੇ ਆਉਂਦਾ ਕਿਉਂਕਿ ਇੱਥੇ ਸਾਫ਼ ਹਵਾ ਤੇ ਬਿਨਾ ਸ਼ੋਰ ਸ਼ਰਾਬੇ ਜਿਹੜਾ ਬਿਲਕੁਲ ਸ਼ਾਂਤ ਮਾਹੌਲ ਹੁੰਦਾ ਤੇ ਆਪਾਂ ਦਿਖਾਉਣਾ ਏ ਤੁਹਾਨੂੰ ਆਪਣੀ ਜਿਹੜੀ ਮੋਟਰ ਦੀ ਲੋਕੇਸ਼ਨ ਸੁਬਾਹ ਦੀ ਕਿਸ ਤਰ੍ਹਾਂ ਦੀ ਹੁੰਦੀ ਆ ਤੇ ਕੱਲ तकरीबन ਸਾਰੇ ਆਪਾਂ ਬੂਟਿਆਂ ਦੀ ਕਟਿੰਗ ਕਰਵਾਤੀ ਤੇ ਸਾਫ ਸਫਾਈ ਦਾ ਜਿਹੜਾ ਕੰਮ ਪੂਰਾ ਨਵੇੜਤਾ ਤੇ ਲਓ ਜੀ ਆਹ ਹੈਗੀ ਆਪਣੀ ਫਰੰਟ ਲੋਕੇਸ਼ਨ ਤੇ ਜਿੱਦਾਂ ਆ ਆਪਣੇ ਸਲੈਕਸ ਨੰਬਰ 1 ਘਾ ਲੱਗਿਆ ਵਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਜੇ ਚੰਗਾ ਲੱਗਿਆ ਤਾਂ ਨਾ ਆਪਣੀ ਮੋਟਰ ਤੇ ਜਿਹੜਾ ਬੂਟਿਆਂ ਵਾਲਾ ਕੰਮ ਆ ਕਾਫੀ ਭਰਾਵਾਂ ਦੇ ਜਿਹੜੇ ਫੋਨ ਵੀ ਆਉਂਦੇ ਹੁੰਦੇ ਆ ਕਿ ਬਾਈ ਸ਼ਾਨਦਾਰ ਬੂਟੇ ਲਾਓ ਜਾਂ ਫਲਾਂ ਵਾਲੇ ਬੂਟੇ ਲਾਓ ਨਾ ਤਕਰੀਬਨ ਆਪਣੇ ਬਾਈ ਜਿੰਨੇ ਵੀ ਫਲਾਂ ਵਾਲੇ ਬੂਟੇ ਹੋ ਜਾਂਦੇ ਆ ਸਾਰੇ ਤਰ੍ਹਾਂ ਦੇ ਉਹ ਲੱਗੇ ਪਿਆ ਸ਼ਾਂ ਵਾਲੇ ਵੀ ਹੁਣ ਬਾਬੇ ਦੀ ਕਿਰਪਾ ਨਾਲ ਪੂਰੇ ਵਧੀਆ ਜਿਹੜੇ ਦਰਾਖਤ ਹੋ ਗਏ ਆ ਤੇ ਬੈਕ ਸਾਈਡ ਜਿਹੜਾ ਆਪਣਾ ਪਾਰਕ ਬਣਾਇਆ ਵਾ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਜ਼ਿਆਦਾਤਰ ਜਿਹੜੇ ਆਪਣੇ ਬੂਟੇ ਬਲੈਕ ਫਾਈਕਸ ਤੇ ਪੀਲਾ ਪੰਡਾ ਹੀ ਲੱਗੇ ਹੋਏ ਆ ਕਿਉਂਕਿ ਇਹਨਾਂ ਦੀ ਇੱਕ ਤਾਂ ਖਾਸियत ਇਹ ਆ ਵੀ 12 ਮਹੀਨੇ ਤੀ ਦੇਣੀ ਹੈ ਹਰੇ ਰਹਿੰਦੇ ਆ ਆ ਦੇਖੋ ਵੀ ਕੱਲ ਸਾਰੀ ਜਿਹੜੀ ਕਟਿੰਗ ਆਪਾਂ ਕਰਵਾਤੀ ਆ ਤੇ ਸਾਫ ਸਫਾਈ ਦਾ ਸਾਰਾ ਕੰਮ ਨਵੇੜ ਕੇ ਘਾਹ ਦੀ ਵੀ ਕਟਿੰਗ ਕਰਤੀ ਤੇ ਆਹ ਦੇਖੋ ਜੀ ਆਪਣਾ ਬੈਕ ਸਾਈਡ ਤੇ ਹੈਗਾ ਪਾਰਕ ਇੱਥੇ ਆ ਕੇ ਸਵੇਰ ਦੂਜੀ ਚਾਹ ਪੀਣੇ ਆ ਹਾਂ ਤਕਰੀਬਨ ਆਪਣੇ ਜਿੰਨੇ ਵੀ ਫਰੈਂਡਾਂ ਨੇ ਆਉਣਾ ਹੁੰਦਾ ਨਾ ਬਸ ਥੋੜੇ ਟਾਈਮ ਤੱਕ ਉਹ ਜਿਹੜੇ ਆ ਜਾਣਗੇ ਤੇ ਇੱਥੇ ਆ ਕੇ ਨਾਲੇ ਤਾਂ ਗੱਲਾਂ ਬਾਤਾਂ ਮਾਰੀ ਦੀਆਂ ਦੁੱਖ ਸੋਕਰੀ ਦਾ ਤੇ ਨਾਲੇ ਇੱਥੇ ਚਾਹ ਪੀਣ ਦਾ ਜਿਹੜਾ ਸਵਾਦ ਹੀ ਵੱਖਰਾ ਹੁੰਦਾ ਹਨਾ ਖੇਤ ਦਾ ਵੈਸੇ ਹੀ ਆਪਾਂ ਕਹੀਏ ਵਿੱਚ ਚਾਹ ਬਹੁਤ ਸਵਾਦ ਲੱਗਦੀ ਆ ਇੱਥੇ ਆ ਕੇ ਸਾਰੀਆਂ ਟੈਨਸ਼ਨਾਂ ਦੂਰ ਹੋ ਜਾਂਦੀਆਂ ਜਿੰਨੇ ਵੀ ਆਪਣੇ ਕੋਈ ਵੀ ਭਰਾ ਨਾ ਜਿੰਨਾ ਮਰਜੀ ਡਿਪਰੈਸ਼ਨ 'ਚ ਹੋਵੇ ਆਪਾਂ ਇਹ ਗੱਲ ਲਿਖ ਕੇ ਦੇਣ ਨੂੰ ਤਿਆਰ ਵੀ ਇੱਥੇ ਆ ਕੇ ਸਾਰੀ ਟੈਨਸ਼ਨ ਬੰਦੇ ਦੀ ਦੂਰ ਹੋ ਜਾਂਦੀ ਆ ਤੇ ਇਹ ਹੈਗਾ ਆਪਣਾ ਪਾਰਕ ਬੈਕ ਸਾਈਡ ਆਪਣੇ ਫੈਮਿਲੀ ਵਾਸਤੇ ਆਪਣੇ ਭਰਾਵਾਂ ਲਈ ਬਣਾਇਆ ਵਾ ਤੇ ਆ ਆਪਾਂ ਸਪੈਸ਼ਲ ਜਿਹੜਾ ਪੰਛੀਆਂ ਵਾਸਤੇ ਆਲ ਨੇ ਲਾਇਆ ਵਿਆ ਇਧਰਲੀ ਸਾਈਡ ਵੀ ਪੰਛੀਆਂ ਵਾਸਤੇ ਆਲ ਨੇ ਲਾਇਆ ਵਿਆ ਤੇ ਤਕਰੀਬਨ ਬਸ ਥੋੜੇ ਟਾਈਮ ਤੱਕ ਜਿਹੜਾ ਕੁਛ ਤਾਂ ਪਹਿਲਾਂ ਬੱਚੇ ਕੱਢ ਕੇ ਲੈ ਗ ਜਾਂ ਚਿੜੀਆਂ ਤੇ ਉਸ ਤੋਂ ਬਾਅਦ ਥੋੜੇ ਦਿਨਾਂ ਤੱਕ ਜਿਹੜੀਆਂ ਦੁਬਾਰੇ ਫੇਰ ਆ ਜਾਣਗੀਆਂ ਚਿੜੀਆਂ ਤੇ ਇਹਦੇ ਵਿੱਚ ਬੱਚੇ ਕੱਢ ਕੇ ਲੈ ਜਾਂਦੇ ਆ ਤੇ ਬੈਕ ਸਾਈਡ ਵੀ ਆਪਣੇ ਜ਼ਿਆਦਾਤਰ ਜਿਹੜਾ ਬਲੈਕ ਫਾਈਕਸ ਤੇ ਚਾਰੇ ਚੁੰਡਾਂ ਦੇ ਜਿਹੜੇ ਬੋਤਲ ਪਾਮ ਲੱਗੇ ਹੋਇਆ ਤੇ ਕੱਲ तकरीबन ਸਾਰਾ ਦੇਣੀ ਜਿਹੜਾ ਲੱਗ ਗਿਆ ਕਟਿੰਗ ਵਗੈਰਾ ਕਰਕੇ ਹਨਾ ਸਾਰਾ ਕੰਮ ਜਿਹੜਾ ਫਾਈਨਲ ਕਰਤਾ ਤੇ ਲਓ ਜੀ ਕਮੈਂਟ ਕਰਕੇ ਜਰੂਰ ਦੱਸਿਓ ਭਰਾ ਹਨਾ ਜੇ ਆਪਣੀ ਮੋਟਰ ਦਾ ਮਾਹੌਲ ਚੰਗਾ ਲੱਗਿਆ ਤਾਂ ਤੇ ਬਾਕੀ ਸਾਰੇ ਭਰਾਵਾਂ ਨੂੰ ਰਿਕਵੈਸਟ ਵੀ ਆ ਕਿ ਭਾਈ ਵੱਧ ਤੋਂ ਵੱਧ ਜਿਹੜੇ ਦਰਾਖਤ ਲਾਓ ਹਨਾ ਸ਼ਾਨਦਾਰ ਦਰਾਖਤ ਲਾਓ ਜਾਂ ਫਲਾਂ ਵਾਲੇ ਬੂਟੇ ਲਾਓ ਜਾਂ ਆਪਾਂ ਕਹ ਲਈਏ ਵੀ ਸਜਾਵਟੀ ਬੂਟੇ ਲਾਓ ਕਿਉਂਕਿ ਆਪਣੇ ਪੰਜਾਬ ਨੂੰ ਬਹੁਤ ਜ਼ਿਆਦਾ ਲੋੜ ਆ ਦਰਖਤਾਂ ਦੀ ਤੇ ਇੱਕ ਵਾਰੀ ਆਪਾਂ ਤੁਹਾਨੂੰ ਫੇਰ ਦਿਖਾ ਦਿੰਨੇ ਆ ਫਰੰਟ ਤੋਂ ਜਿਹੜਾ ਆਪਣੇ ਸਿਲੈਕਸ਼ਨ ਨੰਬਰ 1 ਘਾ ਲੱਗਿਆ ਵਾ ਤੇ ਬਾਕੀ ਤਕਰੀਬਨ ਜਿਆਦਾ ਆਪਣੇ ਬਲੈਕ ਫਾਈਕਸ ਤੇ ਪੀਲਾ ਪਾਂਡਾ ਲੱਗਿਆ ਵਾ ਬਾਕੀ ਜਿੱਦਾਂ ਟਪੋਰੀਆਂ ਹੋ ਗਈਆਂ ਤਕਰੀਬਨ ਜਿੰਨੇ ਵੀ ਆਪਣੇ ਬੂਟੇ ਬਾਬੇ ਦੀ ਕਿਰਪਾ ਨਾਲ ਜਵਾਨ ਹੋ ਗਿਆ ਹੁਣ ਤੇ ਜੇ ਚੰਗੀ ਲੱਗੀ ਵੀਡੀਓ ਤਾਂ ਸ਼ੇਅਰ ਜ਼ਰੂਰ ਕਰਿਓ ਭਰਾ ਤੇ ਜਿਉਂਦੇ ਵਾਸਤੇ ਰੋ